हमेशा चर्चा दे विच रहन वाले गुरसिमरन मंड नू जानो मारन दी धमकी मिली है। लॉरेंस गैंग ते वलों ये धमकी दी गई है और कहा गया है कि हुण तेरी वारी तेरे सिर विच मारा गया गोली। तो दस दी हमेशा चर्चा दे विच रहिंदा गुरसिमरन मंड ते हुण उस नू एक ईमेल राही धमकी दी गई है और धमकी देण वाले मुलजम खुद नू लॉरेंस बिश्नोई गैंग दा मैंबर दस रहा है। धमकी दिंदिया मुलजम ने ईमेल दे विच लिखा है, वाहिगुरु जी का खालसा, वाहिगुरु जी की फतेह। मंड देख लिया, जो भी साढ़े गुरु साहेब बारे गलत बोलेगा असी उस नू जरूर मारांगे। हुण तेरी वारी आने वाली है, असी तेनू कदे भी माफ़ नहीं करांगे। तेरा भी टाइम खत्म होने वाला है, हुण तू बहुत कुछ गलत बोलिया है, तेरे भी सिर विच गोली मारेंगे। वाहिगुरु जी का खालसा, वाहिगुरु जी की फतेह। गुरसिमरन सिंह मंड ने दसिया कि उसनू लगातार धमकियां मिल रही हैं ते इस ईमेल बारे पुलिस कमिश्नर मनदीप सिंह सिद्धू अते होर सुरक्षा एजेंसी नू भी सूचित कर दिता गया। मंड ने यह भी दसिया कि बटाला विच पिछले 24 घंटिया दे विच 3 घटनावां वापरी हैं ते पंजाब विच कानून व्यवस्था चकनाचूर हो चुकी है। इस दे नाल यह भी कहा गया कि उसके खिलाफ जिहड़ा जिस दे वल्लों ये धमकी दी गई है उसके खिलाफ जिहड़ी कार्रवाई जरूर होनी चाहिए है। इस दे नाल ही मंड वल्लों यह भी दस्या गया कि उन्हां दी सुरक्षा च तैनात 7 कमांडो अते PAP जवानों नू वापस ले लिया गया है। जरा ना उन्हां नाल कोई अगर गलत घटना वापरदी है तो उसका सरकार ही जिम्मेवार होगी। इस दे नाल इस मौके ते की कहना है होर वो तुसीं आप सुनो। मान साहब की होया अज तुसीं जिहड़ा IG साहब दे दफ्तर पहुंचे हो? नहीं, IG साहब दे ऑफिस बाबा साडे कश्मीर गिरी जी ने खन्ने तो राष्ट्रीय प्रचारक भी ने मोहन भागवत जी दे होर भी कई साढ़े नाल भी प्यार है उन्होंने इन्हों कोई निजी काम से संबंध च आए हैं ਲਾਰੈਂਸ ਬਿਸ਼ਨੋਈ ਦੇ ਗਰੁੱਪ ਦੀ ਰਾਤ 9:30 ਮੇਲ ਆਈ ਆ ਉਹ ਕਹਿੰਦੇ ਤੈਨੂੰ ਮਾਰ ਦੇਣਾ ਆਪਾਂ ਕਹਿੰਦੇ ਜਦੋਂ ਦਿਲ ਕਰੇ ਮਾਰ ਦਿਓ ਸਾਨੂੰ ਕੋਈ ਡਰ ਨਹੀਂ ਹੈਗਾ ਚਾਹੇ ਇਹ ਤਾਂ ਉਹਨਾਂ ਨੂੰ ਪੁੱਛੋ ਨਾ ਭਾਜੀ ਉਹਨਾਂ ਦਾ ਦਿਮਾਗ ਹੋਇਆ ਖਰਾਬ ਉਹ ਦੁਖੀ ਤਿੱਕੀ ਮੈਂ ਇਹਨਾਂ ਨੂੰ ਦੁਖੀ ਤਿੱਕੀ ਸਮਝਦਾ ਵਾਂ ਆਪਾਂ ਨੂੰ ਕੋਈ ਪਰਵਾਹ ਨਹੀਂ ਜਦ ਸਾਡੇ ਨਾਲ ਸਾਡੇ ਬਾਬੇ ਨਾਲ ਆ ਨਾ ਕਸ਼ਮੀਰ ਗਿਰੀ ਜੀ ਸਾਨੂੰ ਕੋਈ ਪਰਵਾਹ ਨਹੀਂ ਨਾ ਅਸੀਂ ਡਰਦੇ ਹਾਂ ਉਸ ਖੱਤ ਦੇ ਵਿੱਚ ਕੀ ਲਿਖਿਆ ਉਸ ਖਾਤੇ ਲਿਖਿਆ ਗੋਲੀ ਮਾਰ ਦਿੰਦੇ ਨੇ ਸਿਰ 'ਚ ਗੋਲੀ ਮਾਰ ਦਿੰਦੇ ਨੇ ਵੀ ਤੂੰ ਬਹੁਤ ਕੁਛ ਬੋਲ ਲਿਆ ਬਕਵਾਸ ਕਰ ਲਈ ਹੈ ਵੀ ਤੈਨੂੰ ਮਾਰਨਾ ਹੀ ਮਾਰਨਾ ਵਾ ਇੱਕ ਕਾਰਨ ਆਹੀ ਸਮਝਦੇ ਹੋ ਕਿਤੇ ਨਾ ਕਿਤੇ ਤੁਸੀਂ ਹਮੇਸ਼ਾ ਆਵਾਜ਼ ਚੱਕਦੇ ਹੋ ਇਹਨਾਂ ਦੇ ਖਿਲਾਫ ਨਹੀਂ ਨਹੀਂ ਆਪਾਂ ਤਾਂ ਖਾਲਿਸਤਾਨ ਦੇ ਖਿਲਾਫ ਆਵਾਜ਼ ਉਠਾਉਣੀ ਹੀ ਉਠਾਉਣੀ ਹੈ ਗੈਂਗਸਟਰਾਂ ਦੀ ਆਵਾਜ਼ ਉਠਾਉਣੀ ਹੈ ਵੀ ਪੰਜਾਬ ਦੇ ਸੁੱਖ ਸ਼ਾਂਤੀ ਰੱਖਣੀ ਆਪਾਂ ਨੇ ਫਿਰ ਇਹ ਆਪਣਾ ਕਿਉਂ ਵੀ ਮਾਹੌਲ ਨੂੰ ਖਰਾਬ ਕੀਤਾ ਅਸੀਂ ਤਿਰੰਗੇ ਝੰਡੇ ਨੂੰ ਉੱਚਾ ਰੱਖਣਾ ਉਹਦੇ ਥੱਲੇ ਸ਼ਾਂ ਥੱਲੇ ਰਹਿਣਾ ਸਾਰਿਆਂ ਨੇ ਇਹ ਇਹ ਬਦਮਾਸ਼ੀ ਕਰਦੇ ਦਬਾ ਦੇਵਾਂਗੇ ਸਾਨੂੰ ਨਹੀਂ ਦਬਾ ਸਕਦੇ ਇਹ ਸਾਡਾ ਹਮੇਸ਼ਾ ਪਰਮਾਤਮਾ ਪਰਮ ਪਿਤਾ ਸਾਡਾ ਭੋਲੇ ਸ਼ੰਕਰ ਜੀ ਨੇ ਤੇ ਤੁਸੀਂ ਕੰਪਲੇਂਟ ਦੇ ਦੀ ਕੋਈ ਉਹ ਤਾਂ ਰਾਤ ਇੱਕ ਜਿਹੜਾ ਇੱਕ ਫਾਰਮੈਲਿਟੀ ਹੁੰਦੀ ਉਹ ਤਾਂ ਆਪਾਂ ਕਰ ਹੀ ਦੇ ਸੀ ਰਾਤ ਜਿਹੜੇ ਥਾਣੇ 'ਚ ਕੰਪਲੇਂਟ ਦੇ ਸਦਰ ਥਾਣੇ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਮੰਗ ਕੀ ਕਰਦੇ ਪੁਛਾ ਉਹ ਕੋਈ ਮੰਗ ਰਹੇ ਉਹ ਸਭ ਆਪਾਂ ਆਪਣੀ ਲੜਾਈ ਖੁਦ ਲੜਾਂਗੇ ਬਾਬਾ ਸਾਡਾ ਕਸ਼ਮੀਰ ਦੇ ਤੁਹਾਨੂੰ ਕਹੇ ਨਾਲ ਆ ਆਪਾਂ ਖੁਦ ਆਪਣੀ ਲੜਾਈ ਆਪ ਲੜਾਂਗੇ ਪ੍ਰਸ਼ਾਸਨ ਤੋਂ ਤਾਂ ਕੋਈ ਗੁਹਾਰ ਲਗਾਉਂਗੇ ਨਾ ਨਾ ਕੋਈ ਲੋੜ ਨਹੀਂ ਪਹਿਲਾਂ ਸਰਕਾਰ ਨੇ ਸਤਿਕਾਰਾਂ ਨੂੰ ਵਾਪਸ ਲੈ ਲਿਆ ਆ ਬਾਬੇ ਕੋਈ 12-13 ਸੀਗੇ ਹੁਣ ਵਿਚਾਰੇ ਇਹ ਲੈ ਲਏ ਕਿਆ ਉਹ ਬਟਾਲੇ ਦੇਖੋ ਗੋਲੀਆਂ ਚੱਲਦੀਆਂ ਪਈਆਂ ਨੇ ਕਦੇ ਸੋਨੇ ਦਾ ਵਪਾਰੀ ਮੌਕੇ ਮਾਰਦਾ ਕਦੇ ਆੜਤੀਆਂ ਮਾਰਦਾ ਲਾ ਐਂਡ ਆਰਡਰ ਹੈ ਨਹੀਂ ਪੰਜਾਬ 'ਚ ਕੀ ਕਰਾਂਗੇ ਗੁਹਾਰ ਕਿਉਂ ਲਾਵੇ ਅਸੀਂ ਤਾਂ ਮਾਂ ਜੋ ਗਵਰਨਰ ਸਾਹਿਬ ਨੂੰ ਗੁਹਾਰ ਲਾਵਾਂਗੇ ਜਾ ਕੇ ਵੀ ਜਿਹੜੇ ਦੇਸ਼ ਪ੍ਰੇਮੀ ਨੇ ਸਨਾਤਨ ਪ੍ਰੇਮੀ ਨੇ ਉਹਨਾਂ ਦੀ ਸੁਰੱਖਿਆ ਨੂੰ ਬਹਾਲ ਕੀਤਾ ਜਾਵੇ ਤਾਂ ਕਿ ਜਿਹੜੇ ਦੇ ਜਿਹੜੇ ਸਾਡੇ ਗੁਆਂਢੀ ਮੁਲਕ ਆ ਪਾਕਿਸਤਾਨ ਆ ਉੱਥੇ ਕੁਝ ਬੈਠੇ ISI ਦੇ ਲੋਕ ਉਹ ਸਾਡੇ ਪੰਜਾਬ ਨੂੰ ਟਾਰਗੇਟ ਕਰਨਾ ਚਾਹੁੰਦੇ ਆ ਸਾਡੇ ਮਨ ਸਾਹਿਬ ਨੂੰ ਜਿਹੜੀਆਂ ਧਮਕੀਆਂ ਨੇ ਨਾ ਜੇਲ੍ਹਾਂ 'ਚ ਬੈਠੇ ਦਵਾ ਰਹੇ ਨੇ ਇਹੋ ਜਿਹੇ ਕੁੱਤੇ ਬਿੱਲੇ ਤੁਰੇ ਫਿਰਦੇ ਨੇ ਕੋਈ ਪਰਵਾਹ ਨਹੀਂ ਔਰ ਮਨ ਸਾਹਿਬ ਵੱਲ ਅੱਖ ਚੱਕਣ ਤੋਂ ਪਹਿਲਾਂ ਮੂਹਰੇ ਬੰਦੇ ਬਹੁਤ ਖੜੇ ਨੇ ਜਦ ਮਰਜ਼ੀ ਤੁਸੀਂ ਟਾਈਮ ਰੱਖ ਕੇ ਕਹੋ ਨਾ ਵੀ ਲੈ ਉੱਥੇ ਆਉਂਦੇ ਹਾਂ ਅਸੀਂ ਬਿਨਾਂ ਸਿਕਿਉਰਿਟੀ ਤੋਂ ਆਵਾਂਗੇ ਜਿੱਥੇ ਮਰਜ਼ੀ ਤੁਸੀਂ ਆ ਮੇਲਾ ਮੂਲਾ ਪਾਉਣੀਆਂ ਬੰਦ ਕਰੋ ਪਿਛਲੇ ਵਾਰ ਮੈਨੂੰ ਧਮਕੀ ਦਿੱਤੀ ਹੈ ਉਹ FIR ਦਰਜ ਕਰਾ ਲਈ ਹੈ ਤੁਹਾਡੇ ਕੁੱਤੇ ਪਹੁੰਚੇ ਵੀ ਨਹੀਂ ਸਾਡੇ ਡੇਰੇ ਵੇਖੀ ਕਰਾ ਲਈ ਹੈ ਉਹ ਡੱਬ ਛੱਤ ਪਾਈ ਫਿਰਦਾ ਤੇ ਮੁੜ ਕੇ ਆਉਂਦਾ ਨਾ ਔਰ ਮਨ ਸਾਹਿਬ ਦੀ ਗੱਲ ਦੱਸੀਏ ਤੁਸੀਂ ਜਿੰਨੀਆਂ ਮਰਜ਼ੀ ਧਮਕੀਆਂ ਦੇ ਲਓ ਇਹੋ ਜਿਹੇ ਕੁੱਤੇ ਬਿੱਲਿਆਂ ਤੇ ਡਰਦੇ ਨਹੀਂ ਔਰ ਜਿੱਦਾਂ ਮਰਜ਼ੀ ਜ਼ੋਰ ਲਾ ਲਓ ਮਨ ਸਾਹਿਬ ਵੀ ਇੱਥੇ ਨੇ ਅਸੀਂ ਵੀ ਇੱਥੇ ਹਾਂ ਪਰ ਤੁਸੀਂ ਨਹੀਂ ਰਹਿਣਾ ਇੱਥੇ ਤੁਹਾਡੇ ਜੈਂਬਰ ਲੱਗਣ ਜਾ ਰਹੇ ਨੇ ਔਰ ਹਾਈ ਸਕੇਲ ਦੀਆਂ ਜੇਲ੍ਹਾਂ ਬਣਦੀਆਂ ਨੇ ਤੁਸੀਂ ਨਾ ਪਾਣੀ ਤੇ ਵੀ ਤਰਸੋਗੇ ਅੱਜ ਬੰਦੇ ਬਣ ਜਾਓ ਤੁਹਾਨੂੰ ਵਾਰਨਿੰਗ ਦੇ ਰਹੇ ਹਾਂ ਕੱਲ੍ਹ ਨੂੰ ਫਿਰ ਇਹ ਨਾ ਹੋਵੇ ਕਿ ਜਿਹੜੀਆਂ ਤੁਹਾਡੀਆਂ ਸ਼ਰਾਰਤਾਂ ਨੇ ਜਾਂ ਲੋਰੈਂਸ ਦਾ ਨਾਮ ਲੈ ਕੇ ਧਮਕੀਆਂ ਦਿੰਦੇ ਹੋ ਕੱਲ੍ਹ ਨੂੰ ਤੁਹਾਨੂੰ ਪਛਤਾਉਣਾ ਪਵੇ ਜੈ ਸ਼੍ਰੀ ਰਾਮ ਰਿਪੋਰਟ ਰੁਝਾਨ ਟਾਈਮਸ